ओए मगरा तू गुलाबो तो रोटियां खोक के चंगा नहीं हो कीता, तू आप दी मौत नु वाज मारी है मगरा। ओ जीत्या गुलाबो दियां ता रोटियां ही बड़ियां सवासी, मैं ता खा खा के रज के सोनिया। लै फिर हुन मुक्कियां खा ठिलियो। दोस्तों रैसलिंग वाली वीडियो दे विच ज्यादा बिग शो दा रोल जेड़ा है बाई करदा है, जिसनू ठेला कहंदे ने। He's not getting it with a Boston bus. ਮੈਨੂੰ ਉਹਦਾ ਵੀਡੀਓ ਬਣਾਇਆ ਕਰੀਏ, ਮੈਂ ਕਿਹਾ ਨਹੀਂ ਯਾਰ ਇਹ ਕਿਹੜਾ ਕੰਮ ਵੀਡੀਓ ਦਾ, ਅਤੇ ਇਹਦਾ ਨਹੀਂ ਤੂੰ ਬਣਾਇਆ ਕਰ ਮੇਰੇ ਨਾਲ, ਅਤੇ ਮੁੜ ਕੇ ਹੌਲੀ ਹੌਲੀ ਕਹਿੰਦਾ ਆਪਾਂ ਨੂੰ ਲੋਕ ਜਾਣਨਗੇ। ਮੈਂ ਨਹੀਂ ਰੁਪਾਲੇ ਨਹੀਂ ਹੋ ਸਕਦਾ, ਪਰ ਹੁਣ ਜਦੋਂ ਲੋਕ ਪਿਆਰ ਕਰਦੇ ਨਾ ਅਤੇ ਉਦੋਂ ਮੈਂ ਨਾ ਰੁਪਾਲ ਤੂੰ ਸੱਚਾ। ਹੁਣ ਕਈ ਯਾਰ ਬਾਹਰੋਂ ਵਿਦੇਸ਼ਾਂ 'ਚੋਂ ਫੋਨ ਬਣਾਉਂਦੇ ਮੈਨੂੰ। ਬਾਈ ਜੀ ਵੀਰ ਦਾ ਨਾਮ ਠੇਲਾ ਤੁਸੀਂ ਕਿਉਂ ਰੱਖਿਆ ਅਤੇ ਕਿਵੇਂ ਪਿਆ, ਕਿਵੇਂ ਦਿਮਾਗ ਦੇ ਵਿੱਚ ਆਇਆ ਠੇਲਾ ਨਾਮ? ਕਿਹੜੀ ਵੀਡੀਓ ਸੀ ਜਿਹੜੀ ਇਹ ਠੇਲੇ ਵੀਰ ਨੂੰ ਮਸ਼ਹੂਰ ਕਰ ਗਈ ਬਾਈ ਜੀ? ਵੀਰ ਜੀ ਠੇਲਾ ਇੱਦਾਂ ਨਾਂ ਪਿਆ ਵੀ ਇਹ ਵੀਡੀਓ ਆਪਾਂ ਬਣਾਈਆਂ ਨੂੰ 4-5 ਦਿਨ ਹੋ ਗਏ। ਕਈ ਯਾਰ ਇਹ ਲੇਟ ਪਿਛੇਤ ਮਾਰ ਜਾਂਦਾ ਵੀ ਅੱਜ ਨਹੀਂ ਟਾਈਮ ਕੱਲ੍ਹ ਨੂੰ ਟਾਈਮ, ਇੱਦਾਂ ਲੇਟ ਹੋ ਗਏ ਆਪਾਂ। ਅਤੇ ਇੱਕ ਦਿਨ ਮੈਂ ਇਹਨਾਂ ਦੇ ਘਰੇ ਬੈਠਾ ਵੀਡੀਓ ਬਣਾਉਣ ਵੇਲੇ ਵੀ ਆਪਾਂ ਵੀਡੀਓ, ਇਹਨੂੰ ਪਤਾ ਸੀ ਵੀ ਇਹਨੇ ਅੱਜ ਮੇਰਾ ਖਹਿੜਾ ਨਹੀਂ ਛੱਡਣਾ, ਇਹ ਸਰੋਂ ਕੁੱਟਣ ਡਿਆ ਸੀ ਅਤੇ ਮੈਨੂੰ ਇਹਦਾ ਵੀ ਅੱਜ ਨਾ ਤੂੰ ਇੱਦਾਂ ਹੀ ਬਣਾ ਲਾ, ਮੈਂ ਭੁੜਕਦਾ ਉੱਤੇ ਮੈਂ ਜੰਪ ਮਾਰਦਾ। ਮੈਂ ਹਾਂ ਵੀ ਇੱਕ ਐਡ ਵਿੱਚ ਕਰਤਾ ਭਾਬੀ ਚੁਮਿਆਲੀ ਇਲੈਕਸ਼ਨ, ਮੈਂ ਐਂ ਕਰਕੇ ਕਰ। ਕਹਿੰਦਾ ਚੱਲ ਠੀਕ ਹੈ, ਇਹਨੇ ਬੜੇ ਮਾਰੇ, ਮੈਂ ਉਹਨੂੰ ਤੇਜ਼ ਕਰਤਾ ਥੋੜ੍ਹਾ ਅਤੇ ਫਾਸਟ ਕਰਕੇ ਅਤੇ ਮੈਂ ਘਰੇ ਆ ਗਿਆ। ਅਤੇ ਇਹਨੂੰ ਨਹੀਂ ਦੱਸਿਆ ਮੈਂ ਕੀ ਲਾਉਣਾ ਉੱਤੇ ਆਵਾਜ਼ ਕਿਹੜੀ, ਹੈ ਨਾ। ਅਤੇ ਮੈਂ ਉੱਤੇ ਐਡਿਟ ਕਰਕੇ ਆਵਾਜ਼ ਉੱਤੇ ਲਾਤੀ ਵੀ ਆਪਣਾ ਠੇਲਾ ਵੇਖੋ ਜੀ, ਆਪਣਾ ਜਿਵੇਂ ਹੁਣ ਸਰੋਂ ਦਾ ਸੀਜ਼ਨ ਚੱਲ ਰਿਹਾ ਹੈ ਜੀ। ਤੁਹਾਡੇ ਘਰੋਂ ਤਾਂ ਲਾਮਾ ਵੀ ਆਇਆ ਕਹਿੰਦੇ ਹਰਪਾਲ ਭਾਜੀ ਹੋਣਾਂ ਦੇ। ਨਹੀਂ ਅਬ ਤੱਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਕਰਦੇ ਆ ਸਵਾਗਤ, ਮੈਂ ਤੁਹਾਡਾ ਆਪਣਾ ਦਲਜੀਤ ਸਿੰਘ। ਜੀ ਹਾਂ ਦੋਸਤੋ, ਭੱਜ ਨੱਠ ਭਰੀ ਇਸ ਜ਼ਿੰਦਗੀ ਦੇ ਵਿੱਚ ਹਸਾਉਣਾ ਸਭ ਤੋਂ ਔਖਾ ਹੁੰਦਾ ਹੈ। ਜੀ ਹਾਂ, ਅਸੀਂ ਪਿੰਡਾਂ ਦੇ ਉਸ ਨੌਜਵਾਨਾਂ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਹਾਸੋਹੀਣੇ ਦੇ ਵਿੱਚ ਇੱਕ ਵੀਡੀਓ ਪਾਈ ਤਾਂ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਪਿਆਰ ਮਿਲਿਆ ਕਿ ਅੱਜ ਸੋਸ਼ਲ ਮੀਡੀਆ ਤੇ ਲੱਖਾਂ ਲੋਕ ਜਿਹੜੇ ਨੇ ਉਹਨਾਂ ਨੂੰ ਪਿਆਰ ਕਰਦੇ ਨੇ। ਜੀ ਹਾਂ, ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਰੈਸਲਿੰਗ ਵਾਲੀਆਂ ਵੀਡੀਓ, ਕਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਪੁਰਾਣੀਆਂ ਫਿਲਮਾਂ ਯੋਗਰਾਜ ਅਤੇ ਗੱਗੂ ਗਿੱਲ ਵਰਗੇ ਮਸ਼ਹੂਰ ਅਦਾਕਾਰਾਂ ਦੇ ਐਕਟ ਕਿੰਨੇ ਸੁਖਾਲੇ ਤਰੀਕੇ ਨਾਲ ਕਰਦੇ ਨੇ ਅਤੇ ਲੋਕਾਂ ਦੇ ਕਰ ਦਿੰਦੇ ਨੇ ਉਹ ਮਨੋਰੰਜਨ, ਅਤੇ ਜ਼ਿਆਦਾ ਸਮਾਂ ਆਪਣੇ ਦਰਸ਼ਕਾਂ ਦਾ ਨਾਂ ਲੈਂਦਾ ਹੋਇਆ ਮਿਲਾਉਂਦੇ ਹਾਂ। ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਇਹ ਬਾਈ ਜੀ ਹੋਣੀ ਹੈ ਜਿਨ੍ਹਾਂ ਨੂੰ, ਵੈਸੇ ਇਹਨਾਂ ਦਾ ਨਾਮ ਦਲਜੀਤ ਸਿੰਘ ਹੈ ਔਰ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਠੇਲਾ ਦੇ ਨਾਮ ਦੇ ਨਾਲ ਬੜਾ ਪਿਆਰ ਮਿਲ ਰਿਹਾ, ਤਾਂ ਇਹ ਬਾਈ ਜੀ ਇਸ ਪੂਰੇ ਐਕਟ ਦੇ ਜਿਹੜੇ ਆ ਉਹ ਡਾਇਰੈਕਟਰ ਹੁੰਦੇ ਨੇ। ਤਾਂ ਮੈਂ ਚਾਹਾਂਗਾ ਆਪਾਂ ਗੱਲਬਾਤ ਜਿਹੜੀ ਇਹਨਾਂ ਨਾਲ ਕਰਦੇ ਹਾਂ। ਬਾਈ ਜੀ ਸਭ ਤੋਂ ਪਹਿਲਾਂ ਤਿੰਨਾਂ ਵੀਰਾਂ ਦਾ ਸਾਡੇ ਚੈਨਲ ਪੰਜਾਬ ਅਬ ਤੱਕ ਤੇ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਵੀਰ ਜੀ ਸਵਾਗਤ ਹੈ, ਤੁਸੀਂ ਸਾਡੇ ਕੋਲ ਪਹੁੰਚੇ, ਬਹੁਤ ਬਹੁਤ ਧੰਨਵਾਦ। ਬਾਈ ਜੀ ਤੁਸੀਂ ਆਪਣਾ ਨਾਮ ਦੱਸ ਦਿਓ। ਮੇਰਾ ਨਾਂ ਜੀ ਹਰਪਾਲ ਗਿੱਲ ਦੇ ਨਾਂ ਤੇ ਮੈਂ ਆਈਡੀ ਬਣਾਈ ਹਰਪਾਲ ਗਿੱਲ ਆ ਜੀ। ਹਾਂਜੀ ਹਾਂਜੀ, ਤੇ ਪਿੰਡ ਭੂਰਾ ਕਰੀਮ। ਬਾਈ ਜੀ ਹੁਣਾਂ ਦਾ ਇਹਨਾਂ ਦਾ ਨਾਂ ਦਲਜੀਤ ਠੇਲਾ ਹੈ ਤੇ ਆਹ ਵੀਰ ਦਾ ਨਾਂ ਕੁਲਦੀਪ ਹੈ, ਭਰਾ ਛੋਟ ਵੱਡਾ ਇਹਦਾ ਵੀਰ ਦਾ। ਹਾਂਜੀ ਹਾਂਜੀ। ਤੇ ਇਹ ਬਾਈ ਜੀ ਕਿਵੇਂ ਦਿਮਾਗ ਦੇ ਵਿੱਚ ਦੀ ਜਾਈ ਕਿ ਆਪਾਂ ਇਕੱਠੇ ਹੋ ਕੇ ਤੇ ਲੋਕਾਂ ਦਾ ਮਨੋਰੰਜਨ ਜਿਹੜਾ ਉਹ ਕਰੀਏ? ਵੀਰ ਜੀ ਸਭ ਤੋਂ ਪਹਿਲਾਂ ਤਾਂ ਸਟਾਰਟ ਹੁੰਦੀ ਹੈ ਗੱਲ ਸ਼ੌਂਕ ਤੋਂ। ਜਿਹੜੇ ਬੰਦੇ ਦੇ ਅੰਦਰ ਸ਼ੌਂਕ ਆ ਕੋਈ ਵੀ ਕਿਸੇ ਵੀ ਰਕਮ ਦਾ, ਜੇ ਉਹ ਕੋਸ਼ਿਸ਼ ਕਰੂਗਾ ਤੇ ਉਹ 'ਚ ਉਹਨੂੰ ਤਰੱਕੀ ਮਿਲਣੀ ਮਿਲਣੀ ਆ, ਮਿਹਨਤ ਕਰਨੀ ਪੈਂਦੀ ਆ। ਤੇ ਇਸ ਕਰਕੇ ਅਸੀਂ ਵੀ ਸੋਚਿਆ ਵੀ ਜੇ ਮੰਨ ਲਓ ਸ਼ੌਂਕ ਆ ਸਟਾਰਟਿੰਗ ਦੇ ਵਿੱਚੋਂ ਹੀ ਵੀ ਮਤਲਬ ਆਪਾਂ ਕੰਮ ਕਰਨਾ ਹੈ, ਤੇ ਫਿਰ ਹੌਲੀ ਹੌਲੀ ਅਸੀਂ ਇਹ ਕੰਮ ਵੱਲ ਤੁਰ ਪਏ ਤੇ ਤਰੱਕੀ ਮਿਲ ਗਈ। ਮਾਲਕ ਨੇ ਅੱਜ ਬਹੁਤ ਵਧੀਆ ਮਤਲਬ ਨਾਮ ਬਣਾ ਦਾ, ਮਤਲਬ ਬਹੁਤ ਪਿਆਰ ਕਰਦੇ ਆ ਲੋਕ, ਭਰਾ ਮਿਲਦੇ ਆ, ਬਹੁਤ ਖੁਸ਼ੀ ਮਿਲਦੀ ਹੈ ਸਾਨੂੰ। ਦੋਸਤੋ ਰੈਸਲਿੰਗ ਵਾਲੀਆਂ ਵੀਡੀਓ ਦੇ ਵਿੱਚ ਜ਼ਿਆਦਾ ਬਿੱਗ ਸ਼ੋਅ ਦਾ ਰੋਲ ਜਿਹੜਾ ਇਹ ਬਾਈ ਕਰਦਾ, ਜਿਸ ਨੂੰ ਠੇਲਾ ਕਹਿੰਦੇ ਨੇ। ਬਾਈ ਜੀ ਠੇਲਾ ਨਾਮ ਦੇ ਨਾਲ ਮਸ਼ਹੂਰ ਹੋ, ਬੜਾ ਪਿਆਰ ਮਿਲ ਰਿਹਾ ਹੈ ਔਰ ਲੋਕ ਬੜਾ ਪਿਆਰ ਕਰ ਰਹੇ ਨੇ, ਕੀ ਭਾਵਨਾਵਾਂ ਨੇ ਮਨ ਦੀਆਂ? ਮਨ ਜੀ ਬਹੁਤ ਵਧੀਆ ਲੱਗਦਾ ਜੀ ਜਦੋਂ ਸਾਰੇ ਪਿਆਰ ਕਰਦੇ ਆ, ਇੱਦਾਂ ਜਾਈਦਾ ਨਾ ਆਸੇ ਪਾਸੇ ਤੇ ਲੋਕ ਕਹਿੰਦੇ ਆ ਵੀ ਉਹ ਵੀਰ ਠੇਲਾ ਜਾਂਦੇ ਆ, ਤੇ ਬੜਾ ਵਧੀਆ ਮਹਿਸੂਸ ਹੁੰਦਾ ਹੈ। ਤੇ ਬਾਕੀ ਦੇਣ ਸਾਰੀ ਹਰਪਾਲ ਦੀ ਆ, ਇਹਨੇ ਸਾਨੂੰ ਇਸੇ ਲਾਈਨ 'ਚ ਲਾਇਆ ਸੀ। ਮੈਨੂੰ ਉਹਦਾ ਵੀਡੀਓ ਬਣਾ ਕਰੀਏ, ਮੈਂ ਕਿਹਾ ਨਹੀਂ ਯਾਰ ਇਹ ਕਿਹੜਾ ਕੰਮ ਵੀਡੀਓ ਦਾ, ਤੇ ਇਹਦਾ ਨਹੀਂ ਤੂੰ ਬਣਾਇਆ ਕਰ ਮੇਰੇ ਨਾਲ, ਤੇ ਮੁੜ ਕੇ ਹੌਲੀ ਹੌਲੀ ਕਹਿੰਦਾ ਆਪਾਂ ਨੂੰ ਲੋਕ ਜਾਣਨਗੇ। ਮੈਂ ਨਹੀਂ ਰੁਪਾਲੇ ਨਹੀਂ ਹੋ ਸਕਦਾ, ਪਰ ਹੁਣ ਜਦੋਂ ਲੋਕ ਪਿਆਰ ਕਰਦੇ ਨਾ ਤੇ ਉਦੋਂ ਮੈਂ ਨਾ ਰੁਪਾਲ ਤੂੰ ਸੱਚਾ ਹੈ। ਹੁਣ ਕਈ ਯਾਰ ਬਾਹਰੋਂ ਵਿਦੇਸ਼ਾਂ 'ਚੋਂ ਫੋਨ ਬਣਾਉਂਦੇ ਮੈਨੂੰ ਤੇ ਉਹ ਲਾਉਂਦੇ ਆ, ਇਹਦੀ ਦੇਣੀ ਹੈ ਸਾਰਾ ਕੁਝ। ਮੈਂ ਚਾਹਾਂਗਾ ਬਾਈ ਜੀ ਚੱਲ ਰਹੀ ਵੀਡੀਓ ਦੇ ਦੌਰਾਨ ਕੋਈ ਪੰਜਾਬੀ ਫਿਲਮ ਦਾ ਐਕਟ ਜਿਹੜਾ ਜ਼ਰੂਰ ਕਰਕੇ ਦਿਖਾਇਓ। ਹਾਂਜੀ ਹਾਂਜੀ ਜ਼ਰੂਰ। ਓਏ ਮਗਰਾ ਤੂੰ ਗੁਲਾਬੋ ਤੋਂ ਰੋਟੀਆਂ ਖੋਕ ਕੇ ਚੰਗਾ ਨਹੀਂ ਉਹ ਕੀਤਾ, ਤੂੰ ਆਪਦੀ ਮੌਤ ਨੂੰ ਵਾਜ ਮਾਰੀ ਹੈ ਮਗਰਾ। ਓ ਜੀਤਿਆ
ਗੁਲਾਬੋ ਦੀਆਂ ਤਾਂ ਰੋਟੀਆਂ ਹੀ ਬੜੀਆਂ ਸਵਾਦ ਸੀ, ਮੈਂ ਤਾਂ ਖਾ ਖਾ ਕੇ ਰੱਜ ਗਿਆ ਸੋਹਣਿਆ। ਲੈ ਫਿਰ ਹੁਣ ਮੁੱਕੀਆਂ ਖਾ ਠਿਲਿਓ। ਕਿਆ ਬਾਤ ਹੈ, ਸੋ ਇਸ ਤਰੀਕੇ ਦੇ ਨਾਲ ਜਿਹੜਾ ਬਾਈ ਜੀ ਹੁਣੀ ਇਹ ਐਕਟ ਕਰਦੇ ਨੇ ਤੇ ਲੋਕਾਂ ਦਾ ਪਿਆਰ ਜਿਹੜਾ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਮਿਲਦਾ। ਵੀਰੇ ਮੈਂ ਜ਼ਰੂਰ ਇਹ ਗੱਲ ਕਰਨੀ ਚਾਹਾਂਗਾ, ਜਿੱਥੇ ਪੰਜਾਬ ਦੇ ਵਿੱਚ ਹੜ੍ਹ ਆਏ, ਲੋਕਾਂ ਦੇ ਮੂਡ ਆਫ ਨੇ, ਲੋਕ ਬਹੁਤ ਜ਼ਿਆਦਾ ਜਿਹੜਾ ਸੀਰੀਅਸ ਨੇ, ਔਰ ਬਹੁਤ ਸਾਰਾ ਕਈ ਵਾਰ ਜਿਹੜੇ ਲੋਕ ਸ਼ਾਮ ਨੂੰ ਜਦੋਂ ਥੱਕ ਟੁੱਟ ਕੇ ਘਰ ਦੇ ਵਿੱਚ ਪਹੁੰਚਦੇ ਨੇ ਤਾਂ ਮਾਇੰਡ 'ਤੇ ਬਹੁਤ ਜ਼ਿਆਦਾ ਬੋਝ ਹੁੰਦਾ, ਉਹ ਜਦੋਂ ਤੁਹਾਡੀਆਂ ਵੀਡੀਓ ਵੇਖਦੇ ਨੇ ਫਿਰ ਤੁਹਾਨੂੰ ਫੋਨ ਕਰਕੇ ਜਾਂ ਕਮੈਂਟ ਦੇ ਰੂਪ ਵਿੱਚ ਕੀ ਕਹਿੰਦੇ ਨੇ? ਵੀਰ ਜੀ ਬਾਕੀ ਤੁਸੀਂ ਸਾਡੇ ਚੈਨਲ 'ਤੇ ਜਾ ਕੇ ਚੈੱਕ ਕਰ ਸਕਦੇ ਜੋ ਕਮੈਂਟ ਆ, ਮਤਲਬ ਇੰਨਾ ਪਿਆਰ ਦਿੰਦੇ ਲੋਕ ਕਮੈਂਟਾਂ ਦੇ ਵਿੱਚ, ਇਹੋ ਗੱਲ ਕਰਦੇ ਆ ਵੀ ਸਾਡਾ ਨਾ ਮੂਡ ਬਹੁਤ ਔਫ ਸੀ ਅਤੇ ਤੁਹਾਡੀਆਂ ਵੀਡੀਓ ਵੇਖ ਕੇ ਬਹੁਤ ਚੰਗਾ ਲੱਗਾ, ਮਨ ਨੂੰ ਖੁਸ਼ੀ ਮਿਲੀ, ਅਸੀਂ ਉਦਾਸ ਹਾਂ, ਅੱਜ ਅਸੀਂ ਸੈਡ ਮੂਡ ਦੇ ਵਿੱਚ ਹਾਂ। ਮਤਲਬ ਇੱਕ ਵੀ ਕਮੈਂਟ ਸਾਨੂੰ ਇਹੋ ਜਿਹਾ ਨਹੀਂ ਆਉਂਦਾ ਵੀ ਜਿਹੜਾ ਆਪਾਂ ਨਹੀਂ ਵੇਖ ਸਕਦੇ, ਮਤਲਬ ਚੰਗਾ ਨਹੀਂ ਲੱਗਦਾ ਆਪਾਂ ਨੂੰ। ਐਡੀ ਕਿਰਪਾ ਮਾਲਕ ਦੀ ਵੀ ਅਸੀਂ ਗਲਤ ਵੀਡੀਓ ਬਣਾਉਂਦੇ ਨਹੀਂ ਗੇ। ਤੁਸੀਂ ਸਾਡਾ ਕੰਟੈਂਟ ਵੇਖਿਆ, ਹੋਰ ਵੀ ਭਰਾਵਾਂ ਨੇ ਵੇਖਿਆ, ਸਾਰੇ ਪੰਜਾਬ ਦੇ ਭਰਾਵਾਂ ਨੇ ਵੇਖਿਆ, ਜੇ ਅਸੀਂ ਗਲਤ ਬਣਾਉਂਦੇ ਹਾਂ ਤਾਂ ਸਾਨੂੰ ਜ਼ਰੂਰ ਮਤਲਬ ਜਿਹੜੀ ਚੀਜ਼ ਤੋਂ ਆਪਾਂ ਗਲਤ ਬਣਾਉ ਉਹ ਤੋਂ ਡੱਕਣਾ ਚਾਹੀਦਾ, ਰੋਕਣਾ ਚਾਹੀਦਾ, ਫਿਰ ਹੀ ਪਤਾ ਲੱਗਦਾ ਵੀ ਆਪਾਂ ਗਲਤ ਬਣਾ ਰਹੇ ਹਾਂ। ਦੂਜੇ ਨੰਬਰ 'ਤੇ ਜੇ ਕੋਈ ਕੱਲ੍ਹ ਨੂੰ ਅਸੀਂ ਗਲਤ ਬਣਾਉਂਦੇ ਹਾਂ ਤਾਂ ਮੈਂ ਚਾਹੁੰਦਾ ਵੀ ਸਾਨੂੰ ਉਹ ਦੱਸਿਆ ਜਾਵੇ, ਕਮੈਂਟ ਕੀਤਾ ਜਾਵੇ, ਇਹਦੇ 'ਚ ਕੋਈ ਗਲਤ ਗੱਲ ਨਹੀਂ। ਜੇ ਆਪਾਂ ਕਮੈਂਟ ਕਰਾਂਗੇ ਨਾ ਕਿਸੇ ਨੂੰ ਵੀ ਦੱਸਾਂਗੇ ਉਹਦੇ ਬਾਰੇ ਤਾਂ ਮਾੜੀ ਗੱਲ ਨਹੀਂ ਗੀ, ਬਹੁਤ ਪਿਆਰੇ ਕਮੈਂਟ ਆਉਂਦੇ ਆ ਸਾਨੂੰ। ਤਿੰਨੇ ਵੀਰ ਤਿਆਰੀ ਕਿਵੇਂ ਕਰਦੇ ਹੋ? ਤਿਆਰੀ ਵੀਰ ਜੀ ਤਿਆਰੀ ਇਹੀ ਕਰਾਉਂਦਾ ਜੀ, ਇਹ ਦਾਦਾ ਵੀ ਆਪਾਂ ਇਸ ਤਰ੍ਹਾਂ ਸਾਰਾ ਕੁਛ ਇੱਦਾਂ ਕਰਨਾ ਹੈ ਅਤੇ ਫਿਰ ਉਦੋਂ ਉਸ ਹਿਸਾਬ ਨਾਲ ਕਰੀ ਜਾਈਦਾ ਜੀ, ਅਤੇ ਮੁੜ ਕੇ ਉਹ ਫਿਰ ਸਾਰਾ ਜੋੜ ਜਾਮ ਕਰਕੇ ਇਹੀ ਕਰਦਾ ਜੀ। ਬਾਈ ਜੀ ਵੀਰ ਦਾ ਨਾਮ ਠੇਲਾ ਤੁਸੀਂ ਕਿਉਂ ਰੱਖਿਆ ਅਤੇ ਕਿਵੇਂ ਪਿਆ, ਕਿਵੇਂ ਦਿਮਾਗ ਦੇ ਵਿੱਚ ਆਇਆ ਠੇਲਾ ਨਾਮ, ਕਿਹੜੀ ਵੀਡੀਓ ਸੀ ਜਿਹੜੀ ਇਹ ਠੇਲੇ ਵੀਰ ਨੂੰ ਮਸ਼ਹੂਰ ਕਰ ਗਈ ਬਾਈ ਜੀ ਨੂੰ? ਵੀਰ ਜੀ ਠੇਲਾ ਇੱਦਾਂ ਨਾਮ ਪਿਆ ਵੀ ਇਹ ਵੀਡੀਓ ਆਪਾਂ ਬਣਾਈਆਂ ਨੂੰ 4-5 ਦਿਨ ਹੋ ਗਏ, ਕਈ ਵਾਰ ਇਹ ਲੇਟ ਪਿਛੇਤ ਮਾਰ ਜਾਂਦਾ ਵੀ ਅੱਜ ਨਹੀਂ ਟਾਈਮ ਕੱਲ੍ਹ ਨੂੰ ਟਾਈਮ, ਇੱਦਾਂ ਲੇਟ ਹੋ ਗਏ ਆਪਾਂ ਅਤੇ ਇੱਕ ਦਿਨ ਮੈਂ ਇਹਨਾਂ ਦੇ ਘਰੇ ਬੈਠਾ ਵੀਡੀਓ ਬਣਾਉਣ ਵੇਲੇ ਵੀ ਆਪਾਂ ਵੀਡੀਓ, ਇਹਨੂੰ ਪਤਾ ਸੀ ਵੀ ਇਹਨੇ ਅੱਜ ਮੇਰਾ ਖਹਿੜਾ ਨਹੀਂ ਛੱਡਣਾ, ਇਹ ਸਰੋਂ ਕੁੱਟਣ ਡਿਆ ਸੀ ਅਤੇ ਮੈਨੂੰ ਇਹਦਾ ਵੀ ਅੱਜ ਨਾ ਤੂੰ ਇੱਦਾਂ ਹੀ ਬਣਾ ਲਾ, ਮੈਂ ਭੁੜਕਦਾ ਉੱਤੇ, ਮੈਂ ਜੰਪ ਮਾਰਦਾ, ਮੈਂ ਹਾਂ ਵੀ ਇੱਕ ਐਡ ਵਿੱਚ ਕਰਤਾ ਭਾਬੀ ਚੁੰਮੇ ਵਾਲੀ ਇਲੈਕਸ਼ਨ, ਮੈਂ ਐਂ ਕਰਕੇ ਵੀ ਕਰ, ਇਹਦਾ ਚੱਲ ਠੀਕ ਹੈ, ਇਹਨੇ ਬੜੇ ਮਾਰੇ, ਮੈਂ ਉਹਨੂੰ ਤੇਜ਼ ਕਰਤਾ ਥੋੜ੍ਹਾ ਅਤੇ ਫਾਸਟ ਕਰਕੇ ਅਤੇ ਮੈਂ ਘਰੇ ਆ ਗਿਆ ਅਤੇ ਇਹਨੂੰ ਨਹੀਂ ਦੱਸਿਆ ਮੈਂ ਕੀ ਲਾਉਣਾ ਉੱਤੇ ਆਵਾਜ਼ ਕਿਹੜੀ ਹੈ ਨਾ, ਅਤੇ ਮੈਂ ਉੱਤੇ ਐਡਿਟ ਕਰਕੇ ਆਵਾਜ਼ ਉੱਤੇ ਲਾਤੀ ਵੀ ਆਪਣਾ ਠੇਲਾ ਵੇਖੋ ਜੀ ਆਪਣਾ, ਜਿਵੇਂ ਹੁਣ ਸਰੋਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਹੁਣ ਆਪਾਂ ਨੂੰ ਲੋੜ ਹੈ ਸਰੋਂ ਦੇ ਵਿੱਚੋਂ ਮਤਲਬ ਸਰੋਂ ਗਾਉਣ ਦੀ, ਅਤੇ ਆਪਾਂ ਠੇਲਾ ਨਵਾਂ ਲਾਂਚ ਕੀਤਾ ਇੱਕ, ਅਤੇ ਉਹ ਇੰਨਾ ਜ਼ੋਰ ਨਾਲ ਉੱਤੇ ਵੱਜਦਾ ਵੀ ਸਰੋਂ ਦੇ ਵਿੱਚੋਂ ਦਾਣਿਆਂ ਦੇ ਵਿੱਚੋਂ ਤੇਲ ਵੀ ਕੱਢ ਦਿੰਦਾ ਹੈ, ਅਤੇ ਇਹ ਬਹੁਤ ਹਿੱਟ ਹੋ ਗਈ ਵੀਡੀਓ, ਅਤੇ ਇਹਨੇ ਜਦੋਂ ਅਗਲੇ ਦਿਨ ਵੇਖੀ ਇਹਨੂੰ ਥੋੜ੍ਹਾ ਜਿਹਾ ਗੁੱਸਾ ਆਇਆ ਮੇਰੇ 'ਤੇ, ਆਉਂਦਾ ਵੀ ਚੰਗਾ ਨਹੀਂ ਕੀਤਾ ਵੀ ਇਹ ਨਾ ਨਹੀਂ ਫੱਬਦਾ, ਮਤਲਬ ਚੰਗਾ ਨਹੀਂ ਲੱਗਦਾ, ਬੁਰੇ ਲੱਗਦਾ, ਅਤੇ ਮੈਂ ਥੋੜ੍ਹਾ ਜਿਹਾ ਸੋਚਿਆ ਮੈਂ ਨਹੀਂ ਚਲੋ, ਪਰ ਵੀਡੀਓ ਬੜੀ ਚੱਲ ਗਈ, ਫਿਰ ਮੈਂ ਦੂਜੇ ਤੀਜੇ ਦਿਨ ਫਿਰ ਇੱਕ ਅਪਲੋਡ ਕਰਤੀ, ਫਿਰ ਇਹਨੂੰ ਵਧੀਆ ਲੱਗਣ ਲੱਗ ਪਿਆ, ਫਿਰ ਇਹ ਵੀ ਪਸੰਦ ਕਰਦਾ ਹੁਣ ਨਾ। ਬਾਈ ਜੀ ਤੁਹਾਡੇ ਘਰੋਂ ਤੇ ਲਾਮਾ ਵੀ ਆਇਆ ਕਹਿੰਦੇ ਹਰਪਾਲ ਭਾਜੀ ਹੁਣ? ਨਹੀਂ ਨਹੀਂ ਲਾਮਾ ਨਹੀਂ ਦਿੱਤਾ ਜੀ, ਮੇਰੇ ਪਰਿਵਾਰ ਨੇ ਕੋਈ ਲਾਮਾ ਦਿੰਦਾ, ਉਹ ਤਾਂ ਵੈਸੇ ਇਹਨੂੰ ਮੈਂ ਕਿਹਾ ਸੀ ਵੀ ਤੂੰ ਨਾ ਨਹੀਂ, ਪਰ ਹੁਣ ਮੈਂ ਸੋਚਦਾ ਵੀ ਚੱਲ ਵਧੀਆ ਹੈ, ਹੁਣ ਮੈਂ ਪਿੱਛੇ ਜੋ ਬਾਬੇ ਦਾ ਮਿਲਿਆ ਅਨੰਦਪੁਰ ਸਾਹਿਬ ਉੱਥੇ ਗਏ, ਅਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨਿਆਂ ਨੇ ਪਿਆਰ ਕੀਤਾ, ਬੜੀਆਂ ਫੋਟੋਆਂ ਲੋਕਾਂ ਖਿਚਾਈਆਂ, ਅਤੇ ਇਸ ਨਾਲ ਉਹਨਾਂ ਨੇ ਮਸ਼ਹੂਰ ਕਰਤਾ, ਹੁਣ ਮੈਨੂੰ ਨਹੀਂ ਮਾੜਾ ਲੱਗਦਾ, ਕੋਈ ਵੀ ਕਹਿੰਦਾ ਕਈ ਆਉਂਦੇ ਵੀਰ ਵੀ ਤੂੰ ਠੇਲਾ ਇਤਰਾਜ਼ ਕਰਦਾ, ਮੈਂ ਨਹੀਂ ਨਹੀਂ ਮੈਂ ਠੇਲੇ ਨਾਲ ਹੀ ਕਿਉਂ ਇਤਰਾਜ਼ ਕਰਨਾ ਵੀ ਜਿਹਨੇ ਇੰਨੀ ਜਾਣ ਪਛਾਣ ਬਣਾਤੀ ਹੈ, ਅਤੇ ਉਹ ਇਹਨੂੰ ਮਾੜਾ ਮੋੜਿਆ ਆਖਿਆ, ਉਹ ਤਾਂ ਬਾਕੀ ਸਾਡੀ ਕੋਈ ਗੱਲ ਨਹੀਂ, ਇਹਦੇ ਨਾਲ ਪਿਆਰ ਬੜਾ ਹੈ, ਇਹ ਜੋ ਵੀ ਕਹਿੰਦਾ ਰਿਹਾ ਜਿੱਦਾਂ ਕਹਿੰਦਾ ਰਿਹਾ ਵੀ ਆਪਾਂ ਆਹ ਕੰਮ ਕਰਨਾ ਹੀ, ਤੂੰ ਆਹ ਕਰਦੇ ਪੁੱਛ ਲਓ, ਕਈ ਵਿੱਚ ਵੀਰ ਹੁੰਦੇ ਸੀ ਉਹ ਆਖ ਦਿੰਦੇ ਨਹੀਂ ਯਾਰ ਮੈਂ ਨਹੀਂ ਹੈ ਰੋਲ ਕਰਨਾ, ਇਹਨੂੰ ਮੈਂ ਹਰਪਾਲ ਜਿਹੜਾ ਰੋਲ ਦੇਗਾ ਉਹੀ ਕਰੀ ਜਾਇਆ ਕਰਾਂਗੇ। ਹਾਂਜੀ, ਕਿਉਂਕਿ ਲੋਕ ਜਿਹੜੇ ਨੇ ਉਹ ਪਿਆਰ ਦੇ ਰਹੇ ਨੇ, ਮੈਂ ਪਹਿਲਾਂ ਵੀ ਕਹਿ ਚੁੱਕਾਂ ਕਿ ਜੇ ਕੋਈ ਥੱਕਿਆ ਟੁੱਟਿਆ ਜਾਂ ਕੋਈ ਦੁਖੀ ਹੋਇਆ ਹੁੰਦਾ ਉਹ ਵੀਡੀਓ ਨੂੰ ਦੇਖ ਕੇ ਬੜਾ ਖੁਸ਼ ਹੁੰਦਾ, ਤੁਸੀਂ ਦੱਸਿਆ ਕਮੈਂਟ ਬਾਕਸ ਦੇ ਵਿੱਚ ਬੜਾ ਪਿਆਰ ਮਿਲਦਾ। ਬਾਈ ਜੀ ਕਿਹੜੇ ਐਕਟਰ ਨੂੰ, ਕਿਹੜੀਆਂ ਪੰਜਾਬੀ ਫਿਲਮਾਂ ਨੂੰ ਤੁਸੀਂ ਜ਼ਿਆਦਾ ਪਿਆਰ ਕਰਦੇ ਹੋ ਤਿੰਨੋਂ? ਮੈਂ ਤਾਂ ਅਸਲ ਵਿੱਚ ਮੈਂ ਪਹਿਲੀਆਂ ਫਿਲਮਾਂ ਬਹੁਤ ਵੇਖੀਆਂ ਪੁਰਾਣੇ ਸਮੇਂ ਵਾਲੀਆਂ, ਜਿਵੇਂ ਗੱਗੂ ਗਿੱਲ ਅਤੇ ਯੋਗਰਾਜ, ਮੇਰੇ ਉਹ ਦੋਵੇਂ ਹੀ ਬਹੁਤ ਫੇਵਰੇਟ ਕਲਾਕਾਰ ਆ, ਅਤੇ ਮੈਂ ਉਹਨਾਂ ਦੀਆਂ ਫਿਲਮਾਂ ਬਹੁਤ ਵੇਖਦਾ ਰਿਹਾ, ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਵੀ ਉਹਨਾਂ ਨੂੰ ਮਤਲਬ ਉਹਨਾਂ ਨਾਲ ਵੇਖ ਕੇ ਫਿਲਮਾਂ ਵੀਡੀਓ ਬਣਾਵਾਂ, ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਉਹਨਾਂ ਦੀ ਆਵਾਜ਼ ਦੇ ਵਿੱਚ, ਉਹਨਾਂ ਵਰਗਾ ਕਰ ਤਾਂ ਨਹੀਂ ਸਕਦੇ ਪਰ ਕੋਸ਼ਿਸ਼ ਕਰਦੇ ਹਾਂ, ਇਸ ਕਰਕੇ ਅਸੀਂ ਉਹ ਜ਼ਿਆਦੀਆਂ ਵੀਡੀਓ ਉਹੀ ਬਣਾਉਂਦੇ ਹਾਂ। ਫਿਲਮਾਂ ਦੇ ਨਾਮ ਵੀ ਦੱਸ ਸਕਦੇ ਕਿਹੜੀਆਂ? ਬਦਲਾ ਜੱਟੀ ਦਾ, ਜਿਵੇਂ ਟਾਕਰੇ ਜੱਟਾਂ ਦੇ, ਜੱਟ ਤੇ ਜ਼ਮੀਨ, ਇਹ ਬਹੁਤ ਹਿੱਟ ਫਿਲਮਾਂ ਰਹੀਆਂ। ਹਾਂਜੀ, ਜਿਉਣਾ ਮੁਰ ਜੱਟ ਜਿਉਣਾ ਮੁਰ, ਉਹ ਮੈਨੂੰ ਬੜੀ ਪਸੰਦ, ਹਾਂਜੀ ਬਹੁਤ ਪਸੰਦ ਫਿਲਮ ਆ ਉਹ। ਮੈਂ ਚਾਹਾਂਗਾ ਜਿਹੜੀਆਂ ਫਿਲਮਾਂ ਦੇ ਤੁਸੀਂ ਨਾਮ ਲਏ ਨੇ, ਬਦਲਾ ਜੱਟੀ ਦਾ, ਜੱਟ ਜਿਉਣਾ ਮੁਰ, ਉਹਨਾਂ ਦੇ ਵਿੱਚੋਂ ਕੋਈ ਸ਼ੋਰਟ ਡਾਇਲੋਗ ਜਿਹੜਾ ਵਾ ਉਹ ਚੱਲਦੀ ਵੀਡੀਓ ਸੁਣਾ ਸਕਦੇ ਹੋ, ਜੇ ਯਾਦ ਹੋਵੇ ਭਾਵੇਂ ਨਾ ਹੋਵੇ, ਕੁਝ ਨਾ ਕੁਝ ਮੈਂ ਚਾਹਾਂਗਾ, ਜਿਹੜਾ ਕੁਝ
ਬਾਹਰ ਨਿਕਲਿਆ, ਬਾਹਰ ਤੇਰੀ ਮੌਤ ਖੜੀ ਆ। ਹੋਰ ਵਧੀਆ ਲੱਗਦਾ ਯਾਰ। ਤਾਂ ਬਾਈ ਜੀ, ਕਿਸ ਮੁਕਾਮ ਤੱਕ ਤੁਸੀਂ ਔਰ ਤੁਹਾਡੀ ਟੀਮ ਜਿਹੜੀ ਹੈ ਪਹੁੰਚਣਾ ਚਾਹੁੰਦੀ ਹੈ? ਮੁਕਾਮ ਜੀ ਸਾਡਾ ਇਹੋ ਹੀ ਆ ਵੀ ਸਾਡੀ ਕੋਸ਼ਿਸ਼ ਇਹੋ ਹੀ ਆ ਵੀ ਆਉਣ ਵਾਲੇ ਸਮੇਂ ਵਿੱਚ ਚੰਗੀ ਤੋਂ ਚੰਗੀ ਵੀਡੀਓ ਤਿਆਰ ਕੀਤੀ ਜਾਵੇ। ਸਾਡੀ ਕੋਸ਼ਿਸ਼ ਲਗਭਗ ਇਹੋ ਹੁੰਦੀ ਹੈ ਵੀ ਅਸੀਂ ਸਾਡੇ ਤੋਂ ਗਲਤ ਕੋਈ ਇਹੋ ਜਿਹੀ ਵੀਡੀਓ ਨਾ ਬਣੇ ਵੀ ਜਿਹੜੀ ਵੇਖੀ ਨਾ ਜਾਵੇ, ਪਰਿਵਾਰ ਵਿੱਚ ਬਹਿ ਕੇ ਵੇਖੀਏ। ਸਾਨੂੰ ਜਿਹੜਾ ਵੀ ਭਰਾ ਮਿਲਦਾ ਨਾ, ਸਾਨੂੰ ਬੜੀ ਖੁਸ਼ੀ ਹੁੰਦੀ ਜਦੋਂ ਇਹ ਦੱਸਦਾ ਨਾ ਵੀ ਅਸੀਂ ਸਾਰਾ ਪਰਿਵਾਰ ਹੀ ਵੇਖਣੇ ਵੀਡੀਓ ਤੁਹਾਡੀਆਂ। ਨਹੀਂ ਤਾਂ ਤੁਸੀਂ ਵੇਖਿਆ ਵੀ ਉਹ ਹੱਕਦਾ ਵੀ ਜਿਵੇਂ ਮੋਬਾਈਲ ਫੜ ਕੇ ਬੰਦੇ ਨੂੰ ਪਾਸੇ ਜਾਣਾ ਪੈਂਦਾ ਵੀਡੀਓ ਵੇਖਣ ਲਈ, ਪਰਿਵਾਰ ਦੇ ਵਿੱਚੋਂ ਵੀ ਨਹੀਂ ਯਾਰ ਇੱਥੇ ਨਹੀਂ ਵੀਡੀਓ ਵੇਖਣੀ, ਕੀ ਤੱਕ ਇਹੋ ਜਿਹੇ ਅਗਲੇ ਨੇ ਬੋਲ ਦੇਣਾ ਵੀ ਜਿਹੜਾ ਨਹੀਂ ਸੁਣਿਆ ਜਾਣਾ। ਇਸ ਕਰਕੇ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਹੈ, ਬਾਕੀ ਮਾਲਕ ਦੇ ਵਾਸਤੇ ਆ ਜੇ ਜਿਵੇਂ ਜਿਵੇਂ ਰਾਹ ਬਣਦਾ ਜਾਊਗਾ, ਉਹ ਹੱਕਦਾ ਵੀ ਕੋਈ ਕਿਰਪਾ ਜੇ ਮਾਲਕ ਦੀ ਕੋਈ ਫਿਲਮ ਦੇ ਵਿੱਚ ਵੀ ਕੰਮ ਮਿਲ ਜੇ ਤੇ ਕਰਾਂਗੇ ਜ਼ਰੂਰ, ਤੇ ਬਾਕੀ ਟਾਈਮ ਦੇ ਹਿਸਾਬ ਨਾਲ ਹੀ ਪਤਾ ਲੱਗਣਾ ਵੀ ਜੇ ਆਪਦੀ ਤੇ ਕੋਸ਼ਿਸ਼ ਹੀ ਆ, ਮਿਹਨਤ ਕਰਨੀ ਆਪਦੇ ਵਾਸਤੇ ਆ, ਬਾਕੀ ਉਹਦੇ ਵਾਸਤੇ ਆ ਜੋ ਵੀ ਉਹਨੇ ਕਰਨਾ ਜੋ ਲਿਖਿਆ। ਇਹ ਵੀ ਜਿਵੇਂ ਦੱਸ ਰਿਹਾ ਜੀ, ਮੈਨੂੰ ਇੱਥੇ ਚੇਤਾ ਆਇਆ, ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਵੀ ਮੈਨੂੰ ਨਾ ਪਰਸੋਂ ਨਾ ਕੈਨੇਡਾ ਹੀ ਫੋਨ ਆਇਆ ਕਬੀਰ ਦਾ, ਉਹ ਸਾਰੀ ਫੈਮਿਲੀ ਕੈਨੇਡਾ ਹੀ ਆਪਣੀ ਪੰਜਾਬੀ ਆ, ਤੇ ਉਹਨਾਂ ਨਾਲ ਮੈਨੂੰ ਸਾਰੇ ਪਰਿਵਾਰ ਨੇ ਮੇਰੇ ਨਾਲ ਗੱਲ ਕੀਤੀ, ਉਹਨਾਂ ਤੇ ਆਉਂਦੇ ਵੀ ਅਸੀਂ ਸਿਰਫ ਤੁਹਾਡੀਆਂ ਇਸੇ ਕਰਕੇ ਬੇੜਾ ਵੀਡੀਓ ਵੇਣਿਆ ਵੀ ਤੁਹਾਡੀਆਂ ਵੀਡੀਓ ਜਿਹੜੀਆਂ ਸਾਰਾ ਸਾਰਾ ਪਰਿਵਾਰ ਬਹਿ ਕੇ ਵੇਖ ਸਕਦਾ, ਤੇ ਸਾਡੀ ਵੀ ਇਹੋ ਕੋਸ਼ਿਸ਼ ਰਹਿੰਦੀ ਵੀ ਸਾਰਾ ਪਰਿਵਾਰ ਬਹਿ ਕੇ ਵੀਡੀਓ ਵੇਖ ਸਕੇ, ਤੇ ਉਹਨਾਂ ਬੜਾ ਪਿਆਰ ਕੀਤਾ ਜੀ ਉਹ ਵੀਰਾਂ ਨੇ। ਵੀਰ ਜੀ, ਝੋਨੇ ਦੇ ਵਿੱਚ ਜਿਹੜਾ ਵੀਡੀਓ ਪਾਉਣ ਦਾ ਕਾਰਨ ਕੀ ਸੀਗਾ ਕਿ ਨਾਲ ਨਾਲ ਕੰਮ ਵੀ ਹੋ ਜਾਂਦਾ ਖੇਤੀ ਦਾ, ਨਾਲ ਨਾਲ ਆਪਣਾ ਮਨੋਰੰਜਨ ਆਪਣਾ ਤੇ ਹੁੰਦਾ ਹੁੰਦਾ ਲੋਕਾਂ ਦਾ ਵੀ ਹੋ ਜਾਂਦਾ? ਹਾਂਜੀ ਹਾਂਜੀ, ਇਹ ਵੀਰ ਜੀ ਜਿਵੇਂ ਫਿਰ ਤੁਹਾਨੂੰ ਦੱਸਦਾ ਸਾਡੀ ਨਾ ਟੀਮ ਦੇ ਕਰਕੇ ਸਾਰਾ ਕੁਛ ਆ ਵੀਰ ਨਾ ਜਿਹੜਾ, ਤੇ ਜਿਵੇਂ ਮੈਂ ਹੁਣ ਮੰਨ ਲਾ ਦੱਸਦਾ ਮੈਂ ਜ਼ਰੂਰ ਹਾਂ, ਪਰ ਜੇ ਅੱਗੋਂ ਕਲਾਕਾਰ ਉਹੋ ਜਿਹੇ ਨਾ ਮਿਲਣਗੇ ਜੇ ਉਹ ਕਰ ਨਹੀਂ ਸਕਦੇ ਕੋਈ ਵੀ ਕੰਮ, ਤੇ ਫਿਰ ਸਮਝ ਲਓ ਵੀ ਕੁਛ ਨਹੀਂ ਬੰਦਾ ਕਰ ਸਕਦਾ। ਮੇਰੇ ਵੱਸ ਦੀ ਵੀ ਗੱਲ ਨਹੀਂ, ਜੇ ਹੋਰ ਦੋ ਬੰਦੇ ਮੈਨੂੰ ਆਖਣਗੇ ਵੀਡੀਓ ਬਣਾਉਣਾ ਮੈਂ ਨਹੀਂ ਬਣਾ ਸਕਦਾ। ਹੁਣ ਮੰਨ ਲਓ ਇਹ ਵੀਰ ਵੀ ਇਹੋ ਜਿਹੇ ਰੋਲ ਕਰ ਲੈਂਦਾ ਵੀ ਉਲਟ ਬਾਈਆਂ ਲਾਉਣਾ ਜਾਂ ਛਾਲ ਮਾਰਨੀ, ਏਡੇ ਵਧੀਆ ਰੋਲ ਕਰਦੇ ਹਾਂ ਇਹ ਰਲ ਮਿਲ ਕੇ ਅਸੀਂ, ਤੇ ਜੇ ਨਵੇਂ ਬੰਦੇ ਨਾਲ ਕਰਨੇ ਹੋਣ ਤਾਂ ਮੈਂ ਕੁਛ ਨਹੀਂ ਕਰ ਸਕਦਾ, ਭਾਵੇਂ ਮੈਂ ਸੋਚ ਲਾਂ ਭਾਵੇਂ ਮੈਂ ਕਰ ਲਾਂ ਜੋ ਮਰਜ਼ੀ, ਮਤਲਬ ਜਿੰਨਾ ਚਿਰ ਕਲਾਕਾਰ ਦੇ ਵਿੱਚ ਕਲਾਕਾਰੀ ਨਹੀਂ ਹੈਗੀ ਉਨਾ ਚਿਰ ਨਾ ਡਾਇਰੈਕਟਰ ਕੁਛ ਕਰ ਸਕਦਾ ਨਾ ਕੁਛ, ਕੋਈ ਕੁਛ ਨਹੀਂ ਕਰ ਸਕਦਾ। ਇਸ ਕਰਕੇ ਸਾਡੀ ਟੀਮ ਇੱਦਾਂ ਬਣ ਗਈ ਆ ਵੀ ਸਾਨੂੰ ਛਾਲਾਂ ਮਾਰਨ ਦੀ ਵੀ ਜਾਜ ਆ ਗਈ ਆ, ਉਹ ਬੁੜਕਣ ਦੀ ਡਿੱਗਣ ਦੀ, ਸਾਨੂੰ ਐਂ ਲੱਗਦਾ ਵੀ ਸੱਟ ਨਹੀਂ ਲੱਗ, ਅਸੀਂ ਸੁੱਟਦੇ ਵੀ ਇੱਕ ਦੂਜੇ ਨੂੰ ਇੱਦਾਂ ਇਸ ਤਰੀਕੇ ਨਾਲ ਵੀ ਸਾਨੂੰ ਪਤਾ ਹੁੰਦਾ ਵੀ ਇਹਨੂੰ ਸੱਟ ਨਹੀਂ ਲੱਗਣੀ, ਤੇ ਇਸ ਕਰਕੇ ਸਾਡੀ ਟੀਮ ਜਿਵੇਂ ਇੱਕ ਦੂਜੇ ਨਾਲ ਰਲ ਕੇ ਮਿਲ ਗਏ ਆ ਤੇ ਫਿਰ ਸਾਨੂੰ ਸੌਖਾ ਲੱਗਦਾ, ਆਸਾਨ ਲੱਗਦਾ ਤਰੀਕਾ। ਵੀਰੇ ਵੀਰੇ, ਥੋੜ੍ਹਾ ਜਿਹਾ ਤੁਹਾਡਾ ਇਹ ਟਾਈਮ ਲੈਣਾ ਚਾਹਾਂਗਾ ਕਿ ਮੈਂ ਨਾ ਇੱਕ ਤੁਹਾਡੀ ਵੀਡੀਓ ਵੇਖੀ ਸੀ ਜਿਸ ਦੇ ਵਿੱਚ ਤੁਸੀਂ ਝੋਨੇ ਵਿੱਚ ਖੜ ਕੇ ਕਹਿ ਰਹੇ ਹੁੰਦੇ ਹੋ ਕਿ ਕਾਤੀਆ ਤੂੰ ਮੇਰੇ ਕੀ ਲੈਣਾ ਆ, ਜੇ ਤੁਹਾਨੂੰ ਉਹ ਯਾਦ ਹੈ ਤੇ ਸੁਣਾ ਸਕਦੇ ਹੋ? ਹਾਂਜੀ ਹਾਂਜੀ, ਉਹ ਯਾਦ ਆ, ਹਾਂਜੀ ਹਾਂਜੀ ਜ਼ਰੂਰ। ਮੈਂ ਜਿਹੜਾ ਹੈਗਾ ਸੀ ਉਹ ਕਾਸ਼ੀ ਵਾਲਾ, ਕਿੱਦਾਂ ਸੀ ਯਾਰ ਉਹ ਕਾਸ਼ੀ? ਮੈਂ ਸਾਡੇ ਨਾਲ ਝੋਨਾ ਰਲ ਕੇ ਲਾ, ਵਾਧੂ ਪੈਸੇ ਕਮਾਵਾਂਗੇ। ਹਾਂਜੀ ਹਾਂਜੀ ਹਾਂਜੀ, ਪਹਿਲਾਂ ਤੂੰ ਕਿਹਾ ਬਾਹਰ ਜਾ ਕੇ ਝੋਨਾ ਲਾਵਾਂਗੇ, ਦੂਰ ਦੂਰ ਝੋਨਾ ਲਾਵਾਂਗੇ, ਉਹ ਪਹਿਲਾਂ ਤੂੰ ਕਹੇ ਉਹ ਵਾਲਾ। ਹਾਂ ਉਹ ਇਦਾਂ ਸੀ, ਮੈਨੂੰ ਕਿਹਾ ਸੀ ਕਾਸ਼ੀ ਤੂੰ ਸਾਡੀ ਟੀਮ 'ਚ ਆ, ਆਪਾਂ ਦੂਰ ਦੂਰ ਝੋਨਾ ਲਾਵਾਂਗੇ, ਵੱਧ ਰੇਟ ਦੇ ਝੋਨਾ ਲਾਵਾਂਗੇ, ਵਾਧੂ ਪੈਸੇ ਹੋ ਜਾਣਗੇ। ਬਸ ਜੀ ਮੈਂ ਅੱਗੋਂ ਕਿਹਾ ਸੀ ਓਏ ਤੂੰ ਕੀ ਚਾਹੁੰਦਾ ਹੈ, ਮੈਂ ਤੇਰੇ ਨਾਲ ਰਲ ਕੇ ਝੋਨਾ ਲਾਵਾਂ ਤੇ ਬਿਰਲਾ ਝੋਨਾ ਲਾਵਾਂ, ਤੂੰ ਕਹਿ ਤੇ ਬਿਰਲਾ ਕਰਦਾ, ਤੂੰ ਕਹਿ ਤੇ ਸੰਘਣਾ ਕਰਦਾ, ਓਏ ਮੈਨੂੰ ਏਦਾਂ ਦਾ ਪੈਸੇ ਕਮਾਉਣ ਦੀ ਕੋਈ ਲੋੜ ਨਹੀਂ। ਹਾਂਜੀ, ਸੋ ਇਹ ਤਿੰਨਾਂ ਵੀਰਾਂ ਦਾ ਜਿਹੜਾ ਇੱਕ ਕਹਿ ਸਕਦੇ ਹਾਂ ਕਿ ਇਹਨਾਂ ਦਾ ਤਾਲਮੇਲ ਜਿਹੜਾ ਹੈ ਉਹ ਲੋਕਾਂ ਦੇ ਲਈ ਬਹੁਤ ਵੱਡਾ ਮਨੋਰੰਜਨ ਦਾ ਕਾਰਨ ਜਿਹੜਾ ਬਣਿਆ, ਔਰ ਸਭ ਤੋਂ ਵੱਡੀ ਗੱਲ ਤਾਂ ਹੈ ਬਾਈ ਜੀ ਜਿਹੜਾ ਇੱਕ ਦੂਜੇ ਤੇ ਕਿਸੇ ਗੱਲ ਦਾ ਗੁੱਸਾ ਵੀ ਨਹੀਂ ਕਰਦੇ। ਤੇ ਬਾਈ ਜੀ ਪਿੰਡ ਦਾ ਨਾਮ ਹਲਕੇ ਦਾ ਨਾਮ ਚਮਕਾ ਰਹੇ ਹੋ, ਹਲਕੇ ਖੇਮਕਰਨ ਦਾ ਇਹ ਪਿੰਡ ਹੈ, ਭੂਰਾ ਕਰੀਮ ਜਿਸਦਾ ਨਾਮ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਪਿਆਰ ਮਿਲ ਰਿਹਾ ਹੈ, ਤੁਸੀਂ ਦੱਸਿਆ ਫਿਲਮਾਂ ਦੇ ਵਿੱਚ ਵੀ ਸ਼ਾਇਦ ਕੰਮ ਮਿਲ ਜੇ ਪਰਮਾਤਮਾ ਦੀ ਕਿਰਪਾ ਦੇ ਨਾਲ, ਲੋਕ ਤਾਂ ਹੁਣ ਬਾਹਰੋਂ ਵੀ ਜਿਹੜਾ ਫੋਨ ਕਰਨ ਲੱਗ ਗਏ, ਤਾਂ ਵੱਡੇ ਮੁਕਾਮ ਤੱਕ ਪਹੁੰਚਣ ਦਾ ਸੁਪਨਾ, ਪਿੰਡ ਵਾਸਤੇ ਕੀ ਸੋਚਿਆ ਹੈ? ਪਿੰਡ ਵਾਸਤੇ ਜੀ ਇਹੋ ਹੀ ਆ, ਮੌਕਾ ਜੇ ਮਿਲਿਆ ਤੇ ਸਭ ਕੁਛ ਕਰਾਂਗੇ। ਇੱਕ ਤੇ ਇਹ ਆ ਵੀ ਸਾਡੀ ਜਿਹੜੀ ਨੌਜਵਾਨੀ ਆਉਣ ਵਾਲੇ ਸਮੇਂ ਦੇ ਵਿੱਚ, ਅਸੀਂ ਤੇ ਇਹੋ ਚਾਹੁੰਦੇ ਆ ਵੀ ਨਸ਼ੇ ਤੋਂ ਬਚਿਆ ਜਾਵੇ। ਨਸ਼ੇ ਦਾ ਹੁਣ ਮੁੱਦਾ ਬਹੁਤ ਵੱਡਾ ਮੁੱਦਾ ਹੈ ਵੀ ਘਰ ਘਰ ਇਹੋ ਮੰਦੇ ਹਾਲ ਹੋ ਗਿਆ, ਜਿਹੜੇ ਇਕੱਲੇ ਇਕੱਲੇ ਪੋਤਾ ਮਾਵਾਂ ਦੇ ਤੇ ਉਹ ਵੀ ਨਸ਼ੇ ਦੇ ਵਿੱਚ ਰੁਲਦੇ ਜਾਂਦੇ ਜਵਾਨੀ ਆਉਣ ਵਾਲੇ ਸਮੇਂ ਦੇ ਵਿੱਚ। ਅਸੀਂ ਤੇ ਚਾਹੁੰਦੇ ਆ ਵੀ ਸਾਰੇ ਜਿਸ ਤਰ੍ਹਾਂ ਉਹ ਰਲੇ ਆ, ਤੁਸੀਂ ਵੇਖਿਆ ਵੀ ਭਰਾ ਪਿੰਡਾਂ ਦੇ ਸੰਯੋਗ ਨਾਲ ਹੁਣ ਨਸ਼ੇ ਤੇ ਸਲ ਪਾਈ ਜਾ ਰਹੀ ਆ, ਤੇ ਸਰਕਾਰਾਂ ਨੂੰ ਪੀ ਲਿਆ ਵੀ ਇੱਥੇ ਮਤਲਬ ਰੋਕ ਲਾਈ ਜਾਵੇ, ਪ੍ਰਸ਼ਾਸਨ ਨੂੰ ਵੀ ਪੀ ਲਿਆ, ਫਿਰ ਹੀ ਰੁਕਣਾ, ਸਾਰਿਆਂ ਦੇ ਸੰਯੋਗ ਨਾਲ ਹੀ ਰੁਕਣਾ। ਜੇ ਆਪਾਂ ਸਪੋਰਟ ਕਰਾਂਗੇ ਪ੍ਰਸ਼ਾਸਨ ਦੀ ਤੇ ਫਿਰ ਉਹ ਰੋਕਣਗੇ, ਜੇ ਉਹ ਸਾਡੀ ਸਪੋਰਟ ਕਰਨਗੇ ਫਿਰ ਅਸੀਂ ਰੋਕ ਸਕਦੇ ਹਾਂ। ਤੇ ਅਸੀਂ ਤੇ ਇਹੋ ਚਾਹੁੰਦੇ ਹਾਂ ਵੀ ਸਾਡੇ ਪਿੰਡ ਵਿੱਚੋਂ ਮਤਲਬ ਇਹ ਜਿਹੜਾ ਕੋਹੜ ਆ ਇਹੋ ਜਿਹੇ ਇਹ ਤੋਂ ਬਚਿਆ ਰਹੇ, ਤੇ ਸਭ ਤੋਂ ਵੱਡੀ ਤੇ ਇਹੋ ਹੀ ਸਾਡੇ ਵਾਸਤੇ ਗੱਲ ਆ। ਬਿਲਕੁਲ ਜੀ, ਔਰ ਅੰਤ ਵਿੱਚ ਜਿੰਨੇ ਵੀਡੀਓ ਨੂੰ ਵੇਖ ਰਹੇ ਨੇ ਦਲਜੀਤ ਭਾਜੀ, ਤੁਸੀਂ ਕੀ ਦਿਲ ਦੀਆਂ ਭਾਵਨਾਵਾਂ ਕੀ ਨੇ ਔਰ ਕੀ ਕਹਿਣਾ ਚਾਹੁੰਦੇ ਹੋ, ਔਰ
ਇਹੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਬੜਾ ਪਿਆਰ ਕਰਦੇ ਸਾਨੂੰ ਤੇ ਏਦਾਂ ਹੀ ਪਿਆਰ ਕਰਦੇ ਰਹਿਣਾ, ਬਹੁਤ ਬਹੁਤ ਧੰਨਵਾਦ ਜੀ ਸਾਹਿਬ। ਵੀਰ ਜੀ ਤੁਸੀਂ ਵੀ ਜ਼ਰੂਰ ਬੋਲਣ। ਆਪਾਂ ਜੀ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਹੋਰ ਵੀ ਆਪਣੇ ਵੀਰ ਵੀਡੀਓ ਬਣਾਉਂਦੇ ਆ ਸਾਰਿਆਂ ਨੂੰ ਬਸ ਇਹੋ ਸੰਦੇਸ਼ ਆ ਜੀ, ਮਤਲਬ ਵਧੀਆ ਵੀਡੀਓ ਬਣਾਈ ਜਾਵੇ, ਪਰਿਵਾਰਕ ਵੀਡੀਓ ਬਣਾਈ ਜਾਵੇ ਜਿਹੜੇ ਆਪਾਂ ਆਪਣੇ ਪਰਿਵਾਰ 'ਚ ਬਹਿ ਕੇ ਵੇਖ ਸਕੀਏ, ਕੋਈ ਇੱਦਾਂ ਦਾ ਉਹਦੇ ਵਿੱਚ ਕੋਈ ਵੀ ਗੱਲਬਾਤ ਨਾ ਹੋਵੇ ਜਿਹਦੇ ਵਿੱਚ ਕੋਈ ਵੀ ਆਪਾਂ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ। ਬਸ ਸਾਰੇ ਭਰਾਵਾਂ ਨੂੰ ਇਹੋ ਅਪੀਲ ਆ ਵੀ ਜਿਹੜੇ ਵੀ ਵੀਡੀਓ ਬਣਾਉਂਦੇ ਆ ਬਸ ਵਧੀਆ ਵੀਡੀਓ ਬਣਾਈਆਂ ਜਾਣ ਵੀ ਜਿਹੜੇ ਪਰਿਵਾਰਕ ਹੋਣ। ਤਾਂ ਇਹਨਾਂ ਵੀਰਾਂ ਵੱਲ ਵੇਖ ਕੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਣਾਉਣ ਵਾਲੇ ਉਹਨਾਂ ਲੋਕਾਂ ਨੂੰ ਵੀ ਸੰਦੇਸ਼ ਜਿਹੜਾ ਜ਼ਰੂਰ ਜਾਂਦਾ ਹੈ ਜਿਹੜੇ ਵਿਊ ਲੈਣ ਦੀ ਖਾਤਰ ਜਿਹੜਾ ਗਾਲਾਂ ਵੀ ਕੱਢਦੇ ਨੇ, ਵਿਊ ਲੈਣ ਦੀ ਖਾਤਰ ਇਤਰਾਜ਼ਯੋਗ ਤਰੀਕੇ ਦੇ ਨਾਲ ਬਹੁਤ ਸਾਰੇ ਮੁੰਡੇ ਕੁੜੀਆਂ ਵਿਊ ਲੈਣ ਦੀ ਖਾਤਰ ਜਿਹੜਾ ਤਰ੍ਹਾਂ ਤਰ੍ਹਾਂ ਦੇ ਸੋਸ਼ਲ ਮੀਡੀਆ 'ਤੇ ਸਟੈਂਟ ਕਰਦੇ ਨੇ। ਤੋ ਇਹ ਵੀ ਇੱਕ ਸਿੱਖਣ ਨੂੰ ਮਿਲਿਆ ਇਹਨਾਂ ਬਾਈ ਜੀ ਹੁਣਾਂ ਕੋਲ ਪਹੁੰਚ ਕੇ ਕਿ ਕਿਸ ਤਰੀਕੇ ਨਾਲ ਮਨੋਰੰਜਨ ਜਿਹੜਾ ਹੈ ਉਹ ਲੋਕਾਂ ਦਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਤਾਂ ਬਣੇ ਰਹੋ ਸਾਡੇ ਨਾਲ, ਸਾਡੀ ਹਰ ਵੀਡੀਓ ਨੂੰ ਪਿਆਰ ਦੇਣ ਦੇ ਲਈ ਵੀ ਅਸੀਂ ਆਪਣੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਬਣੇ ਰਹੋ ਸਾਡੇ ਨਾਲ, ਹਰ ਕਵਰੇਜ ਪਹੁੰਚਾਉਂਦੇ ਰਹਾਂਗੇ ਤੁਹਾਡੇ ਤੱਕ। ਕੈਮਰਾਮੈਨ ਸੁੱਖ ਦੇ ਨਾਲ ਮੈਂ ਦਲਜੀਤ ਸਿੰਘ, ਪੰਜਾਬ ਅਬ ਤੱਕ ਨਿਊਜ਼ ਤਰਨਤਾਰਨ। ਕੀ ਤੁਸੀਂ ਪਰੇਸ਼ਾਨ ਹੋ? 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ, ਹੋਇਆ ਪਿਆਰ ਵਾਪਸ ਪਾਓ 24 ਘੰਟੇ ਚ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਿਆਰ ਚ ਧੋਖਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਬਿਮਾਰੀ ਚ ਦਵਾ ਨਾ ਲੱਗਣਾ, ਕੀਤਾ ਕਿਰਾਇਆ ਦਾ ਜੜ ਤੋਂ ਖਾਤਮਾ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾ ਪਿਆਰ ਪਾਓ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਇਟਸ ਮਾਈ ਪ੍ਰੋਮਿਸ। ਸੰਪਰਕ ਕਰੋ।